ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ PB77 ਸਟੱਡੀ ਪੁਆਇੰਟ ਦੇ ਜੀ। ਆਪਾਂ ਪਿਛਲੀ ਵਾਰ ਜਿਹੜੀ ਪਿਛਲੀ ਕਲਾਸ ਕਰੀ ਸੀਗੀ, ਆਪਾਂ ਉਹਦੇ ਵਿੱਚ ਲਗਾ ਮਾਤਰਾ ਤੱਕ ਛੱਡਿਆ ਸੀਗਾ। ਅੱਜ ਆਪਾਂ ਨਵਾਂ ਕੰਟੀਨਿਊ ਕਰਾਂਗੇ ਲਗਾ ਮਾਤਰਾ ਤੋਂ ਹੀ। ਲਗਾ ਮਾਤਰਾ ਆਪਣੀ ਪੂਰੀ ਕੰਪਲੀਟ ਹੋ ਸਕੇ। ਅੱਜ ਆਪਾਂ ਕਰਾਂਗੇ ਸਵਰ ਧੁਨੀਆਂ, ਸਵਰ ਧੁਨੀਆਂ ਸ਼ੁਰੂ ਕਰਾਂਗੇ ਆਪਾਂ ਅੱਜ ਦੀ ਕਲਾਸ। ਸਵਰ ਧੁਨੀ ਤੋਂ ਬਾਅਦ ਲਗਾਖਰ, ਜਿਵੇਂ ਜਿਵੇਂ ਅਗਾਂ ਲਗਾਖਰ ਅੱਗੇ ਕਰਦੇ ਚੱਲਾਂਗੇ ਨੈਕਸਟ। ਚਲੋ ਜੀ, ਅੱਜ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਣੀਆਂ ਸਵਰ ਧੁਨੀਆਂ। ਸਵਰ ਧੁਨੀਆਂ ਆਪਣੀ ਹੈ ਕਿੰਨੀਆਂ? ਪਹਿਲਾ ਕੁਐਸਚਨ ਤੁਹਾਡੇ ਕੋਲ ਬਣੇਗਾ, ਸਵਰ ਧੁਨੀਆਂ ਕਿੰਨੀਆਂ ਨੇ? ਦੱਸੇ ਕਿੰਨੀਆਂ ਨੇ ਸਵਰ ਧੁਨੀਆਂ ਆਪਣੀ ਪੰਜਾਬੀ ਵਿੱਚ? ਸਵਰ ਧੁਨੀਆਂ ਕਿੰਨੀਆਂ ਨੇ? 10। ਕਿੰਨੀਆਂ ਨੇ ਜੀ? 10 ਸਵਰ ਧੁਨੀਆਂ ਕਿੰਨੀਆਂ ਨੇ? 10 ਜਿਹੜੇ ਆਪਣੇ ਸਵਰ ਅੱਖਰਾਂ ਨਾਲ ਲੱਗਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ? ਸਵਰ ਧੁਨੀਆਂ ਕਿਹਾ ਜਾਂਦਾ। ਕਿੰਨੀਆਂ ਨੇ ਟੋਟਲ? 10। ਪਹਿਲਾ ਕੁਐਸਚਨ ਤੁਹਾਡਾ ਇੱਥੋਂ ਬਣ ਜਾਊਗਾ, ਸਵਰ ਧੁਨੀਆਂ ਕਿੰਨੀਆਂ ਨੇ? 10। ਫਿਰ ਪੁੱਛ ਲੈਂਦੇ ਨੇ ਕਿਹੜੇ ਕਿਹੜੇ ਸਵਰ ਅੱਖਰਾਂ ਨਾਲ ਕਿੰਨੀਆਂ ਕਿੰਨੀਆਂ ਧੁਨੀਆਂ ਲੱਗਦੀਆਂ ਨੇ, ਸਵਰ ਅੱਖਰਾਂ ਨਾਲ ਕਿੰਨੀਆਂ ਕਿੰਨੀਆਂ ਜਿਹੜੇ ਆਪਣੇ ਧੁਨੀਆਂ ਲੱਗਦੀਆਂ ਨੇ। ਪਹਿਲਾਂ ਆਪਾਂ ਪੁੱਛਾਂਗੇ ਊੜੇ ਨਾਲ, ਠੀਕ ਹੈ? ਊੜੇ ਇੱਕ ਹੋੜਾ ਹੋ ਗਿਆ। ਲਓ ਜੀ, ਊੜੇ ਨਾਲ ਕਿੰਨੇ ਲੱਗਦੀਆਂ ਨੇ ਆਪਣੀਆਂ? 3। ਫਿਰ ਨੈਕਸਟ ਕਰਦੇ ਹਾਂ ਐੜਾ। ਐੜਾ ਮੁਕਤਾ ਹੁੰਦਾ ਜੀ, ਇਕੱਲਾ ਐੜਾ ਲੱਗਦਾ ਹੈ। ਐੜੇ ਕੰਨਾਂ, ਕਨੋੜਾ ਤੇ ਐੜੇ ਲਾ, ਠੀਕ ਹੈ ਜੀ। ਐੜੇ ਨਾਲ ਕਿੰਨੇ ਲੱਗਦੀਆਂ ਨੇ? 4। ਊੜੇ ਨਾਲ ਕਿੰਨੇ ਲੱਗਦੀਆਂ ਨੇ? 3। ਐੜੇ ਨਾਲ ਕਿੰਨੇ ਲੱਗਦੀਆਂ ਨੇ? 4। ਪਤਾ ਲੱਗਿਆ ਜੀ, ਊੜੇ ਨਾਲ ਕਿੰਨੇ ਲੱਗਦੀਆਂ ਨੇ? 3। ਐੜੇ ਨਾਲ ਕਿੰਨੇ ਲੱਗਦੀਆਂ ਨੇ? 4। ਅੱਗੇ ਈੜੀ ਨਾਲ ਆਪਣੇ, ਈੜੀ ਨਾਲ ਆਪਣੇ ਕਿੰਨੇ ਲੱਗਦੀਆਂ ਨੇ? ਮਾਰਕਰ ਚੇਂਜ ਕਰਦੀ ਹੈ। ਈੜੀ ਨੇ ਸਿਆਰੀ, ਈੜੀ ਨਾਲ ਵੀ ਅੱਗੇ ਕਿੰਨੀ ਲੱਗਦੀਆਂ ਨੇ? 3। ਈੜੀ ਨਾਲ ਕਿੰਨੀ ਲੱਗਦੀਆਂ ਨੇ ਅੱਗੇ ਆਪਣੀਆਂ? 3, ਠੀਕ ਹੈ ਜੀ। ਐੜੇ ਨਾਲ ਕਿੰਨੀ ਲੱਗਦੀਆਂ ਨੇ ਆਪਣੀਆਂ? ਐੜੇ ਨਾਲ ਲਾ ਲਿਆ ਜੇ। ਊੜੇ ਨਾਲ ਆਪਣੀਆਂ 3 ਲੱਗਦੀਆਂ ਨੇ, ਐੜੇ ਨਾਲ ਕਿੰਨੀ ਲੱਗਦੀਆਂ ਨੇ? 3 ਸਵਰ ਧੁਨੀਆਂ। ਤੇ ਈੜੀ ਨਾਲ ਕਿੰਨੀ ਲੱਗਦੀਆਂ ਨੇ? 3। ਟੋਟਲ ਕਿੰਨੀਆਂ ਹੋ ਗਈਆਂ ਆਪਣੀਆਂ? 10। ਆਪਣੇ ਕੋਲ ਪੇਪਰ 'ਚ ਕੁਸ਼ਚਨ ਮੈਂ ਤੁਹਾਡੇ ਤੋਂ ਪੁੱਛ ਲਵਾਂ ਵੀ ਤੁਸੀਂ ਦੱਸੋ ਊੜੇ ਨਾਲ ਕਿੰਨੀਆਂ ਲੱਗਦੀਆਂ ਨੇ, ਤਾਂ ਤੁਸੀਂ ਕਹੋਗੇ 3, ਐੜੇ ਨਾਲ 4, ਤੇ ਈੜੀ ਨਾਲ ਵੀ 3 ਲੱਗਦੀਆਂ। ਤੁਸੀਂ ਸਿੰਪਲ ਜਾ ਕੇ ਰੱਖਣਾ ਹੈ, ਕੀ ਰੱਖਣਾ ਹੈ? 343। ਇੱਥੇ ਸਿੰਪਲ ਪਾ ਲਓ ਜੀ ਊੜਾ, ਇੱਥੇ ਪਾ ਲਓ ਐੜਾ, ਇੱਥੇ ਈੜੀ। ਕਰਿਆ ਜੀ ਨੋਟ ਇਹਨਾਂ ਨੂੰ। ਚਲੋ ਜੀ, ਹੋ ਗਿਆ ਸਵਰ ਧੁਨੀਆਂ ਆਪਣੀਆਂ। ਅੱਗੇ ਨੈਕਸਟ ਹੈਡਿੰਗ ਬਣਾਓ ਆਪਣੀ ਨੋਟਬੁੱਕ ਤੇ। ਨੈਕਸਟ ਲਿਖ ਲਓ ਤੁਸੀਂ ਆਪਣੀ ਨੋਟਬੁੱਕ ਤੇ, ਦੁੱਤ ਅੱਖਰ। ਦੁੱਤ ਅੱਖਰ, ਦੁੱਤ ਅੱਖਰ ਪਤਾ ਪਤਾ ਕਿਹੜੇ ਹੁੰਦੇ ਆ? ਜਿਹੜੇ ਅੱਖਰ
ਪੈਰ ਵਿੱਚ ਪਾਏ ਜਾਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਦੁੱਤ ਅੱਖਰ। ਜਿਵੇਂ ਪਾ ਲਓ ਆਪਾਂ ਪਾਈ ਦਾ ਪ੍ਰਸ਼ਨ, ਠੀਕ ਹੈ ਜੀ। ਫਿਰ ਪਾਈ ਦਾ ਆਪਾਂ ਕਈ ਵਾਰ ਪਰਿਭਾਸ਼ਾ, ਜਿਹੜੇ ਆ ਹੋ ਗਏ ਨਾ ਇਹ ਆਪਣੇ ਦੁੱਤ ਅੱਖਰ ਨੇ, ਜਿਵੇਂ ਆਪਾਂ ਇਵੇਂ ਪਾ ਲਈ ਦੇ ਸਵਰ ਇਵੇਂ ਪਾ ਲਈ ਦੇ ਨਾ, ਜਿਹੜੇ ਪੈਰੋਂ ਚ ਪਾਏ, ਜਿਹੜੇ ਅੱਖਰ ਦੇ ਪੈਰੋਂ ਚ ਪਾਏ ਜਾਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਦੁੱਤ ਅੱਖਰ ਕਿਹਾ ਜਾਂਦਾ ਹੈ। ਮੈਂ ਦੁਬਾਰੀ ਬੋਲ ਦੇਣਾ, ਨੋਟ ਕਰਕੇ ਲਿਖ ਲਓ ਆਪਣੀ ਨੋਟਬੁੱਕ ਤੇ, ਜਿਹੜੇ ਅੱਖਰ ਪੈਰ ਵਿੱਚ ਪਾਏ ਜਾਂਦੇ ਹਨ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਜਿਵੇਂ ਠੀਕ ਲਿਖ ਲਓ ਪ੍ਰਸ਼ਨ, ਸਵਰ ਪ੍ਰਭੂ, ਇਹ ਸਾਰੇ ਕੀ ਹੋ ਗਿਆ? ਪੈਰ ਵਿੱਚ ਪਾਏ ਜਾਂਦੇ ਆ ਦੁੱਤ ਅੱਖਰ ਹੋ ਗਏ। ਦੁੱਤ ਅੱਖਰ ਆਪਣੇ ਹੈਗੇ ਹੈਗੇ ਕਿਹੜੇ ਕਿਹੜੇ ਆ? ਇਹ ਆਪਣੇ ਹੈਗੇ ਆ ਜੀ, ਕਰ ਲਓ ਆਹਾ ਰਾਰਾ ਵਾਹ। ਇਹ ਆਪਣੇ ਕਿਹੜੇ ਅੱਖਰ ਆ ਜੀ? ਦੁੱਤ ਅੱਖਰ ਹੈਗੇ ਆ। ਆਪਣੇ ਕੋਲ ਚਾਰ ਆਪਸ਼ਨਾਂ ਦੇ ਦੇਵੇਗੇ ਪੇਪਰ ਵਿੱਚ, ਦੱਸੋ ਇਹਨਾਂ ਵਿੱਚ ਕਿਹੜਾ ਦੁੱਤ ਅੱਖਰ ਹੈਗਾ, ਤੁਹਾਨੂੰ ਇਹਨਾਂ ਦੀ ਪਛਾਣ ਹੋਣੀ ਜ਼ਰੂਰੀ ਆ। ਠੀਕ ਹੈ ਜੀ, ਤੁਹਾਨੂੰ ਇਹਨਾਂ ਦੀ ਪਛਾਣ ਹੋਣੀ ਚਾਹੀਦੀ। ਮੈਂ ਤੁਹਾਡੇ ਕੋਲ ਪੁੱਛ ਲਵਾਂ ਦੁੱਤ ਅੱਖਰ ਕਿੰਨੇ ਆ, ਤੁਸੀਂ ਕਹੋਗੇ ਟੋਟਲ ਇਹਨਾਂ ਦੀ ਗਿਣਤੀ ਕਿੰਨੀ ਹੋਗੀ? ਤਿੰਨ। ਜੇ ਤੁਹਾਡੇ ਤੋਂ ਪਰਿਭਾਸ਼ਾ ਪੁੱਛਾ ਕਿਹੜੀ ਹੈ, ਜਿਹੜੇ ਅੱਖਰ ਪੈਰ ਵਿੱਚ ਪਾਏ ਜਾਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਦੁੱਤ ਅੱਖਰ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿਹੜੇ ਕਿਹੜੇ ਆ? ਆਹਾ ਰਾਰਾ ਵਾਹ, ਇਹ ਆਪਣੇ ਪੈਰਾਂ ਵਿੱਚ ਅੱਖਰ ਪਾਏ ਜਾਂਦੇ ਆ। ਠੀਕ ਹੈ ਜੀ, ਕਰਿਆ ਜੀ ਨੋਟ ਇਹਨਾਂ ਨੂੰ। ਆਪਾਂ ਕਿੰਨ ਕੁਛ ਦੋ ਕਰੇ ਨਾ, ਹਾਲੇ ਦੋ ਟੋਪਿਕ ਕਰਿਆ। ਇੱਕ ਕਰਿਆ ਸੀਗਾ ਆਪਾਂ ਸਵਰ ਧੁਨੀਆਂ, ਠੀਕ ਹੈ। ਇਸ ਤੋਂ ਪਹਿਲਾਂ ਆਪਾਂ ਕਰਿਆ ਗਿਆ ਸੀਗਾ ਕਿੰਨੇ ਆਪਣੇ ਹੁੰਦੇ ਆ ਲਗਾਖਰ। ਲਗਾਖਰ ਆਪਾਂ ਨੈਕਸਟ ਸਟਾਰਟ ਕਰਦੇ ਹਾਂ, ਲਗਾਖਰ ਆਪਣੇ। ਠੀਕ ਹੈ ਜੀ, ਦੁੱਤ ਅੱਖਰ ਪਤਾ ਲੱਗ ਗਿਆ, ਜਿਹੜੇ ਅੱਖਰ ਪੈਰ ਵਿੱਚ ਪਾਏ ਜਾਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ? ਦੁੱਤ ਅੱਖਰ ਕਿਹਾ ਜਾਂਦਾ ਹੈ। ਕਿਹੜੇ ਕਿਹੜੇ? ਆਹਾ ਰਾਰਾ ਵਾਹ। ਚਲੋ ਜੀ, ਨੈਕਸਟ ਆਪਣੀ ਨੋਟਬੁੱਕ 'ਤੇ ਬਣਾਇਆ ਜੇ ਲਗਾਖਰ। ਲਗਾਖਰ ਲਗਾਖਰ ਆਪਣੇ ਕਿੰਨੇ ਆ ਜੀ? ਲਗਾਖਰਾਂ ਦੀ ਲਗਾਖਰ ਆਪਣੀ ਟੋਟਲ ਕਿੰਨੇ ਗਿਆ? ਤਿੰਨ। ਕਿਹੜੇ ਕਿਹੜੇ ਹੈਗੇ ਜੀ? ਨੋਟ ਕਰ ਲਓ, ਬਿੰਦੀ ਬਿੰਦੀ ਟਿੱਪੀ ਤੇ ਅਦਕ। ਸਿੰਪਲ ਕੁਸ਼ਚਨ ਬਣਦੇ ਆ ਪੇਪਰ 'ਚ ਇਹਨਾਂ ਤੋਂ, ਠੀਕ ਹੈ। ਪੀਐਸ ਪੀਸੀਐਲ ਦਾ ਲੈਵਲ ਇੰਨਾ ਕੁ ਹੀ ਹੈਗਾ, ਤੁਹਾਡੇ ਪੇਪਰ 'ਚ ਕੁਸ਼ਚਨ ਇੰਨੇ ਕੁ ਹੀ ਆਉਣਗੇ, ਕੋਈ ਐਕਸਟਰਾ ਕੁਸ਼ਚਨ ਨਹੀਂ ਆਊਗਾ। ਠੀਕ ਹੈ, ਬਿੰਦੀ ਟਿੱਪੀ ਤੇ ਅਦਕ, ਆ ਆਪਣੇ ਦੋ ਕਿਹੜੇ ਹੋ ਜਾਂਦੇ ਆ? ਨਾਸਕੀ, ਠੀਕ ਹੈ ਜੀ, ਨਾਸਕੀ ਅੱਖਰ ਇਸ ਨੂੰ ਕਹੋਗੇ ਤੁਸੀਂ, ਇਸ ਨੂੰ ਨਾਸਕੀ। ਇਹ ਕਿਹੜਾ ਹੁੰਦਾ ਹੈ? ਆਪਣਾ ਅਦਕ ਦੀ ਕਦੋਂ ਵਰਤੋਂ ਕੀਤੀ ਜਾਂਦੀ ਹੈ? ਜ਼ੋਰ ਪਾਉਣ ਲਈ, ਜ਼ੋਰ ਪਾਉਣ ਲਈ। ਠੀਕ ਹੈ ਜੀ, ਤੁਹਾਡੇ ਕੋਲ ਪੁੱਛ ਲਿਆ ਜੀ ਬਿੰਦੀ ਬਿੰਦੀ ਦੱਸੋ ਕਿਹੜਾ ਚਿੰਨ੍ਹ ਹੈ? ਬਿੰਦੀ ਆਪਣਾ
नासकी चिन्ह है जी, नासकी शब्द है, बिंदी अब नासकी, बिंदी टिप्पी नासकी हो गए। जे पेपर जो सिंपल क्वेश्चन आ जाएगा वो दसो, हो जिस नु बोलने लगे अपने जोर लगता है लगाखर की कहोगे तुसी अदक, अदक की वरतों जोर पाउण दे लई कीती जांदी है। करिया जी नोट इन्हां नू। ਜਿਹੜੇ ਸ਼ਬਦ ਲਗਾ ਮਾਤਰਾ ਤੋਂ ਬਾਅਦ ਆਉਂਦੇ ਨੇ, ਜਿਹੜੇ ਸ਼ਬਦ ਲਗਾ ਮਾਤਰਾ ਤੋਂ ਬਾਅਦ ਵਰਤੇ ਜਾਂਦੇ ਉਹਨਾਂ ਨੂੰ ਕੀ ਕਹਿੰਦਾ ਹੈ? ਲਗਾਖਰ ਕਿਹਾ ਜਾਂਦਾ ਹੈ। ਟੋਟਲ ਕਿੰਨੇ ਹੋ ਗਏ ਆਪਣੇ? ਤਿੰਨ। ਇਹਨਾਂ ਨੂੰ ਕਹੋਗੇ ਤੁਸੀਂ ਨਾਸਕੀ, ਤਾਂ ਅਦਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਜ਼ੋਰ ਪਾਉਣ ਦੇ ਲਈ ਕੀਤੀ ਜਾਂਦੀ ਹੈ। ਨੈਕਸਟ ਕਰਦੇ ਆਪਣੇ ਵਿਅੰਜਨ ਹੈ। ਹੋ ਗਿਆ ਜੀ, ਨੋਟ ਕਰ ਲਿਆ ਨਾ ਜੀ ਸਾਰਿਆਂ ਨੇ? ਪਹਿਲਾਂ ਦੱਸੋ ਮੈਨੂੰ ਆਪਣੇ ਪੰਜਾਬੀ ਵਿੱਚ ਕਿੰਨੇ ਅੱਖਰ ਆ ਟੋਟਲ? ਨੈਕਸਟ ਹੁਣ ਆਪਣੇ ਕਿੰਨੇ ਆ ਅਜੋਕੇ ਪੰਜਾਬੀ ਵਿੱਚ? ਅਜੋਕੇ ਪੰਜਾਬੀ ਵਿੱਚ ਆਪਣੇ ਕਿੰਨੇ ਹੋ ਗਏ? 41 ਹੋ ਗਏ। ਪਹਿਲਾਂ ਕਿੰਨੇ ਸੀਗੇ ਆਪਣੇ? 35 ਅੱਖਰੇ ਸੀਗੇ, 35 ਅੱਖਰ ਸੀਗੇ। ਇਸੇ ਕਰਕੇ ਹੀ ਆਪਾਂ ਉਸਨੂੰ ਪਹਿਲਾਂ ਨਾਂ ਕੀ ਸੀਗਾ, ਜੇ ਆਪਣੇ ਪੁੱਛ ਲੈਣ ਪੰਜਾਬੀ ਜਿਹੜੇ ਆਪਣਾ ਟੇਬਲ ਹੈਗਾ ਆ ਵਿਅੰਜਨ, ਇਹਨਾਂ ਦੇ ਪਹਿਲਾਂ ਨਾਂ ਕੀ ਸੀਗਾ? 35 ਅੱਖਰੀ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ, ਕਿਉਂਕਿ ਪਹਿਲੇ ਟਾਈਮ ਪਹਿਲੇ ਸਮੇਂ ਕਿੰਨੇ ਸੀਗੇ ਆਪਣੇ? ਟੋਟਲ 35 ਸੀਗੇ। 6 ਸ਼ਬਦ ਆਪਣੇ ਨਵੇਂ ਫਾਰਸੀ ਜੋੜੇ ਗਏ, ਤਾਂ ਇਸ ਕਰਕੇ ਕਿੰਨੇ ਟੋਟਲ ਬਣ ਗਿਆ? 41 ਬਣ ਗਿਆ। ਠੀਕ ਹੈ ਜੀ, ਤੁਸੀਂ ਆਪਣਾ ਨੋਟ ਕਰ ਲਓ। ਉੱਪਰ ਪਹਿਲਾ ਨਾਮ 35 ਅੱਖਰੀ ਸੀਗਾ, ਪਹਿਲਾ ਨਾਮ ਕੀ ਸੀਗਾ? 35 ਅੱਖਰੀ। ਠੀਕ ਹੈ ਜੀ, ਕਿੰਨੇ ਸ਼ਬਦ ਨਵੇਂ ਜੋੜੇ ਗਿਆ? 6 ਸ਼ਬਦ ਨਵੇਂ ਐਡ ਕੀਤੇ ਗਏ ਜਾਂ ਕਿਹੜੀ ਭਾਸ਼ਾ ਜੁੜ ਗਿਆ? ਫਾਰਸੀ ਭਾਸ਼ਾ ਦੇ। ਠੀਕ ਹੈ, ਜਿਹੜੇ ਆਪਾਂ ਲਾਸਟ ਦੇ ਲਾਸਟ ਲੈਣ ਬੋਲੇ ਤਾਂ ਸੱਸੇ ਪਰ ਬਿੰਦੀ ਛਾ ਬੋਲੇ, ਖੱਖੇ ਪਰ ਬਿੰਦੀ ਖਾ ਬੋਲੇ, ਗੱਗੇ ਪਰ ਗਿੰਦੀ ਗਾ ਬੋਲੇ, ਲੱਲੇ ਪਰ ਜਿਹੜੇ ਬਿੰਦੀ ਵਾਲੇ ਸ਼ਬਦ ਹੁੰਦੇ ਉਹ ਆਪਣੇ ਜਿਵੇਂ ਇੱਦਾਂ ਉਹ ਆਪਣੇ ਬਾਅਦ ਵਿੱਚ ਜੁੜੇ ਗਏ ਸੀਗੇ। ਕਿਹੜੀ ਭਾਸ਼ਾ ਤੋਂ? ਫਾਰਸੀ ਭਾਸ਼ਾ ਤੋਂ ਲੈ ਕੇ ਜੋੜੇ ਗਏ ਸੀ। ਠੀਕ ਹੈ ਜੀ, ਪਹਿਲਾ ਨਾਮ ਕੀ ਸੀਗਾ ਇਸਦਾ? 35 ਅੱਖਰੀ ਸੀਗਾ। ਠੀਕ ਹੈ ਜੀ, ਨੈਕਸਟ ਵੇਖਿਆ ਜੀ ਅੱਗੇ ਇਹਨਾਂ ਦੇ ਕੁਛ ਵਰਗ ਹੁੰਦੇ ਟੋਟਲ ਜੀ ਪੰਜਾਬੀ ਭਾਸ਼ਾ, ਟੋਟਲ ਵਰਗ ਕਿੰਨੇ ਹੈਗੇ? 8, ਉਹ ਵੀ ਤੁਸੀਂ ਲਿਖ ਲਓ। ਪੰਜਾਬੀ ਪੰਜਾਬੀ ਭਾਸ਼ਾ ਦੇ ਕੁੱਲ ਵਰਗ ਕਿੰਨੇ ਆ ਜੀ? 8 ਕਿੰਨੇ ਹੈਗੇ ਆ ਪੰਜਾਬੀ ਭਾਸ਼ਾ ਦੇ ਵਰਗ? ਜਿਵੇਂ ਆਪਾਂ ਇੱਕ ਲਾਈਨ ਉੜੇ ਤੋਂ ਸ਼ੁਰੂ ਹੁੰਦੀ ਹੈ, ਫਿਰ ਕੱਕੇ ਤੋਂ ਹੋ ਗਈ ਜਿਵੇਂ ਥੱਲੇ ਸ਼ੁਰੂ ਹੁੰਦੇ ਆ ਨਾ, ਇਹ ਟੋਟਲ ਕਿੰਨੇ ਆਪਣੇ ਬੰਦੇ ਆ? 8 ਬਣਦੇ ਆ ਜੀ ਪੰਜਾਬੀ ਭਾਸ਼ਾ ਦੇ। ਕਿੰਨੇ ਕੁੱਲ ਵਰਗਾ? 8। ਨੋਟਸ ਕੀਤੀ ਜਾਓ, ਨੋਟਸ ਬਣਾਈ ਜਾਓ ਉਹਨਾਂ ਦੇ। ਠੀਕ ਹੈ, ਨੋਟ ਕਰੀ ਜਾਓ। ਠੀਕ ਹੈ ਜੀ।
ਐਸ ਤੁਹਾਡੇ ਕੋਲ ਪੇਪਰ 'ਚ ਪੁੱਛ ਲਿਆ ਜਾ ਸਕਦਾ ਹੈ ਵੀ ਤੁਸੀਂ ਐਸ ਲਾਈਨ ਨੂੰ ਕੱਕੇ ਲਾਈਨ ਨੂੰ ਕੀ ਕਿਹਾ ਜਾਂਦਾ ਹੈ, ਐਸ ਲਾਈਨ ਨੂੰ ਕੀ ਕਿਹਾ ਜਾਂਦਾ ਹੈ, ਐਸ ਲਾਈਨ ਨੂੰ ਕੀ ਕਿਹਾ ਜਾਂਦਾ ਹੈ, ਤੇ ਨਵੀਨ ਟੋਲੀ ਦੱਸੋ। ਠੀਕ ਹੈ ਜੀ, ਇਹਨੂੰ ਕਿਹਾ ਜਾਂਦਾ ਹੈ ਕੋਮਲ। ਠੀਕ ਹੈ ਜੀ, ਇਹਨੂੰ ਕੀ ਕਿਹਾ ਜਾਂਦਾ ਹੈ, ਸੋਰੀ ਇਹਨੂੰ ਕਿਹਾ ਜਾਂਦਾ ਕੰਨੀ, ਇਹਨੂੰ ਕਿਹਾ ਜਾਂਦਾ ਜੀ ਕੋਮਲ। ਐਸ ਲਾਈਨ ਨੂੰ ਕੀ ਕਿਹਾ ਜਾਂਦਾ ਹੈ, ਕੋਮਲ। ਐਸ ਨੂੰ ਕਹਿੰਦੇ ਕੰਨੀ ਕੋਮਲ, ਇਹਨੂੰ ਕੀ ਕਿਹਾ ਜਾਂਦਾ ਜੀ, ਉਲਟੀ ਜੀਭ। ਇਹਨੂੰ ਕਹਿ ਜਾਂਦੀ ਦੰਤੀ। ਠੀਕ ਹੈ ਜੀ, ਇਹਨੂੰ ਕਹਿੰਦੇ ਦੰਤੀ। ਇਹਨੂੰ ਕਹਿੰਦੇ ਪੱਪੇ ਵੱਲ ਨੂੰ, ਜੇ ਬੋਲਾਂਗੇ ਪੱਪਾ ਫੱਫਾ ਹੁੰਦਾ ਨਾ ਆਪਣੇ ਮੂੰਹ 'ਚ ਡਬਲ ਬੁੱਲ, ਹੋਠ ਹਿਲਦੇ ਆ ਜੀ, ਕੀ ਕਹਿੰਦੇ ਇਸ ਨੂੰ, ਦੋ ਹੋਠੀ। ਇਸ ਲਾਈਨ ਨੂੰ ਕੀ ਕਹਿ ਜਾਂਦਾ, ਦੋ ਹੋਠੀ। ਕੀ ਕਹਿ ਜਾਂਦਾ, ਦੋ ਹੋਠੀ। ਠੀਕ ਹੈ ਜੀ, ਇਹਦਾ ਕੋਈ ਵੀ ਨਾਮ ਹੈਗਾ ਨਹੀਂ, ਤਾਂ ਆਪਣੀ ਹੋ ਗਈ ਨਵੀਨ, ਨਵੀਨ ਟੋਲੀ। ਠੀਕ ਹੈ ਜੀ, ਐਸ ਕੀ ਕਹਿੰਦੇ ਕੰਨੀ, ਕੰਨੀ ਲੈਣ ਕਿਹਾ ਜਾਂਦਾ, ਕਈ ਕੰਨੀ ਤਾਲ ਜਾਂ ਕੰਨੀ ਲੈਣ ਕਿਹਾ ਜਾਂਦਾ, ਇਸ ਨੂੰ ਕਿਹਾ ਜਾਂਦਾ ਕੋਮਲ। ਚੱਚੇ ਵੱਲ ਨੂੰ ਟੈਂਕੇ ਲੈਣ ਕੇ ਕਹਿੰਦੇ ਉਲਟੀ ਜੀਭ, ਤੱਤੇ ਵੱਲ ਨੂੰ ਦੰਤੀ, ਤੇ ਪੱਪੇ ਵੱਲ ਨੂੰ ਦੋ ਹੋਠੀ। ਆਪਣੇ ਪੁੱਛ ਸਕਦਾ ਦੋ ਹੋਠੀ ਲੈਣ ਕਿੱਥੋਂ ਸ਼ੁਰੂ ਹੁੰਦੀ, ਪੱਪੇ ਤੋਂ ਸ਼ੁਰੂ ਹੁੰਦੀ ਹੈ, ਦੋ ਹੋਠੀ ਲੈਣ ਕਿਹੜੀ ਹੈਗੀ ਹੈ ਜੀ, ਪੱਪੇ ਦੇ ਨਾਲ ਸਾਰੀ ਆਪਣੀ ਲੈਣ ਕਿਹੜੀ ਹੋ ਗਈ, ਦੋ ਹੋਠੀ। ਆਪਾਂ ਸਿੰਪਲ ਤੁਸੀਂ ਬੋਲ ਕੇ ਦੇਖ ਲਓ, ਪੱਪੇ ਲੈਣ, ਪੱਪਾ ਫੱਫਾ, ਆਪਣੇ ਡਬਲ ਵਾਰੀ ਹੋਠ ਹਲਣਗੇ ਨਾ, ਪੱਪਾ ਫੱਫਾ ਬੱਬਾ ਪੱਬਾ, ਹਨਾ, ਏਦਾਂ ਇਹ ਕਿਹੜੀ ਹੋ ਗਈ ਤੁਹਾਡੀ, ਦੋ ਹੋਠੀ। ਥੋੜੀ ਨਵੀਨ ਟੋਲੀ ਪੁੱਛ ਲੈਂਦੇ, ਕਿੰਨੇ ਨਵੀਨ ਟੋਲੀ ਚੱਕਰ ਕਿੰਨੇ ਆ, ਛੇ, ਇੱਕ ਦੋ ਤਿੰਨ ਚਾਰ ਪੰਜ ਤੇ ਇੱਕ ਛੇ, ਕਿਹੜੇ ਕਿਹੜੇ ਹੁੰਦੇ ਆ, ਤੁਸੀਂ ਇਸ ਚੀਜ਼ ਨੂੰ ਵੀ ਨੋਟ ਕਰ ਲਓ, ਇੱਥੋਂ ਤੁਹਾਡਾ ਕੁਐਸਚਨ ਬਣ ਜਾਂਦਾ ਜੀ ਇੱਕ ਅੱਧਾ। ਠੀਕ ਹੈ ਜੀ, ਪਹਿਲਾਂ ਤਾਂ ਊੜਾ ਦਾ ਲਿਖ ਲਓ ਸਾਰੇ ਜਣੇ, ਸਿੰਪਲ ਫਿਰ ਲਿਖ ਲਿਆ ਜੀ, ਇਸ ਲਾਈਨ ਕਹਿੰਦੇ ਕੰਨੀ ਕੋਮਲ ਉਲਟੀ ਜੀਭ, ਇੱਕ ਦੋ ਵਾਰੀ ਪੜੋਗੇ ਤੁਹਾਨੂੰ ਇਹ ਸਿੰਪਲ ਯਾਦ ਹੋ ਜਾਊਗਾ ਜੀ। ਕਰਿਆ ਜੀ ਨੋਟ ਇਹਨਾਂ ਥੋੜ੍ਹਾ ਜਿਹਾ। ਚਲੀਏ ਜੀ ਨੈਕਸਟ, ਚਲੀਏ ਅੱਗੇ, ਹੋ ਗਿਆ ਨੋਟ ਜੀ, ਕਰ ਲਿਆ ਸਾਰਿਆਂ ਨੇ। ਚਲੋ ਜੀ ਨੈਕਸਟ ਕਰਦੇ ਅੱਗੇ, ਨੈਕਸਟ ਕਰਦੇ ਆਪਾਂ ਸ਼ਬਦ। ਠੀਕ ਹੈ ਜੀ, ਸ਼ਬਦ ਬੋਧ। ਨੋਟ ਨੋਟਸ 'ਤੇ ਲਿਖਿਆ ਜੀ ਆਪਣੇ ਸ਼ਬਦ ਬੋਧ। ਸ਼ਬਦ ਬੋਧ ਕਿਹੜੇ ਹੁੰਦੇ ਆ ਜੀ, ਸ਼ਬਦ ਬੋਧ ਸਿੰਪਲ, ਆਪਣੇ ਜਿਹੜੇ ਸ਼ਬਦਾਂ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਆਹ ਸ਼ਬਦ ਕਿਸ ਤਰ੍ਹਾਂ ਦਾ, ਸ਼ਬਦ ਬੋਧ ਹੁੰਦਾ। ਇਹ ਸ਼ਬਦ ਬੋਧ ਕਿੰਨੇ ਤਰ੍ਹਾਂ ਦੇ ਹੁੰਦੇ ਆ, ਸ਼ਬਦ ਬੋਧ ਅਲੱਗ ਅਲੱਗ ਹੁੰਦੇ, ਸ਼ਬਦ ਜ਼ਿਆਦਾਤਰ ਦੋ ਤਰ੍ਹਾਂ ਦੇ ਹੁੰਦੇ, ਸ਼ਬਦ ਬੋਧ ਸਾਰਥਿਕ ਤੇ
ਨਿਰਾਰਥਿਕ ਅਰਥਪੂਰਨ ਇਹਨਾਂ ਦਾ ਅਰਥ ਪੱਖ ਤੋਂ ਤੁਸੀਂ ਦੇਖੋਗੇ ਅਰਥ ਪੱਖ ਤੋਂ ਵੀ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਆ ਠੀਕ ਹੈ ਜੀ ਆਪਣੇ ਅਰਥ ਪੱਖ ਤੁਸੀਂ ਦੇਖ ਲਓ ਅਰਥ ਪੱਖ ਤੋਂ ਸ਼ਬਦ ਕਿੰਨੇ ਹੁੰਦੇ ਆ ਦੋ ਪ੍ਰਕਾਰ ਦੇ ਅਰਥ ਪੱਖ ਤੋਂ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਆ ਆਪਣੇ ਦੋ ਪ੍ਰਕਾਰ ਦੇ ਠੀਕ ਹੈ ਜੀ ਇਹਨਾਂ ਥੋੜ੍ਹੇ ਕੁ ਸਿੰਪਲ ਪੁੱਛ ਸਕਦੇ ਆ ਕਿਹੜੇ ਹੁੰਦੇ ਅਰਥ ਪੱਖ ਤੋਂ ਇੱਕ ਹੁੰਦਾ ਸਾਰਥਕ ਤੇ ਨੈਕਸਟ ਆਪਾਂ ਨੂੰ ਇੱਕ ਹੁੰਦਾ ਨਿਰਾਰ ਥਕ ਅਰਥ ਪੱਖ ਤੋਂ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਪ੍ਰਕਾਰ ਦੇ ਇੱਕ ਹੁੰਦਾ ਸਾਰਥਕ ਇੱਕ ਹੁੰਦਾ ਨਾਰਥਕ ਸਾਰਥਕ ਜਿਵੇਂ ਆਪਣਾ ਹੋ ਗਿਆ ਜੀ ਰੋਟੀ ਪਾਣੀ ਇਹਨਾਂ ਦਾ ਤਾਂ ਆਪਾਂ ਨੂੰ ਪਤਾ ਸਾਰਥ ਨਿਕਲਦੇ ਪਏ ਪੂਰੇ ਰੋਟੀ ਵੀ ਹੁੰਦੀ ਪਾਣੀ ਹੁੰਦਾ ਜਿਵੇਂ ਨਿਰਾਰਥਿਕ ਵਿੱਚ ਲਿਖੋ ਤੁਸੀਂ ਰੋਟੀ ਦਾ ਆਪਾਂ ਰਾਟੀ ਕਹੇ ਬੋਲਦੇ ਨਾ ਪਾਣੀ ਦੇ ਪੂਣੀ ਕਾ ਬੋਲਦੇ ਦਾ ਠੀਕ ਹੈ ਜੀ ਆਹ ਹੋ ਗਿਆ ਤੁਹਾਡੇ ਸਾਰਥਿਕ ਆਹ ਹੋ ਗਿਆ ਤੁਹਾਡੇ ਨਿਰਾਰਥਿਕ ਕਹਿ ਰਹੇ ਨੋਟ ਇਹਨਾਂ ਨੂੰ ਵੀ ਜਿਵੇਂ ਆਪਣਾ ਚਾਹ ਚੂਹ ਹੋ ਜਾਂਦਾ ਚਾਹ ਚਲੋ ਠੀਕ ਹੈ ਚੂਹ ਆਪਣਾ ਸ਼ਬਦ ਤੋਂ ਨਿਕਲਦਾ ਹੀ ਹੈ ਬਣਿਆ ਤਾਂ ਇਹਦੇ ਤੋਂ ਹੀ ਹੈ ਨਾ ਠੀਕ ਹੈ ਜੀ ਉਹਦਾ ਆਪਣਾ ਵੈਸੇ ਤਾਂ ਕੋਈ ਅਰਥ ਹੈ ਹੀ ਨਹੀਂ ਇਹ ਆਪਣੇ ਹੋ ਗਏ ਅਰਥ ਪੱਖ ਤੋਂ ਸ਼ਬਦ ਠੀਕ ਹੈ ਜੀ ਅਰਥ ਪੱਖ ਤੋਂ ਕਿੰਨੇ ਸ਼ਬਦ ਆਪਣੇ ਦੋ ਪ੍ਰਕਾਰ ਦੇ ਸਿੰਪਲ ਤੁਹਾਨੂੰ ਯਾਦ ਵੀ ਰੱਖਣਾ ਪੈਣਾ ਅਰਥ ਪੱਖ ਤੋਂ ਕਿੰਨੇ ਸ਼ਬਦ ਆ ਤੁਹਾਡੇ ਦੋ ਪ੍ਰਕਾਰ ਦੇ ਸਾਰਥਿਕ ਤੇ ਨਿਰਾਰਥਿਕ ਨੈਕਸਟ ਲਿਖਦੇ ਆਪਾਂ ਬਣਤਰ ਪੱਖ ਤੋਂ ਉਹ ਸੀਗੀ ਆਪਣੇ ਅਰਥ ਪੱਖ ਤੋਂ ਹੁਣ ਬਣਤਰ ਪੱਖ ਤੋਂ ਬਣਤਰ ਪੱਖ ਤੋਂ ਕਿੰਨੇ ਪ੍ਰਕਾਰ ਦੇ ਹੁੰਦੇ ਆਪਣੇ ਕੋਲੋਂ ਦੋ ਪ੍ਰਕਾਰ ਦੇ ਇੱਕ ਹੁੰਦੇ ਆ ਇੱਕ ਹੁੰਦੇ ਆ ਮੂਲ ਸ਼ਬਦ ਤੇ ਰਚਿਤ ਸ਼ਬਦ ਮੂਲ ਸ਼ਬਦ ਤੇ ਰਚਿਤ ਸ਼ਬਦ ਠੀਕ ਹੈ ਜੀ ਬਣਤਰ ਪੱਖ ਤੋਂ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਪ੍ਰਕਾਰ ਦੇ ਮੂਲ ਸ਼ਬਦ ਤੇ ਰਚਿਤ ਸ਼ਬਦ ਠੀਕ ਹੈ ਜੀ ਤੁਸੀਂ ਇਹ ਸਿੰਪਲ ਨੂੰ ਯਾਦ ਕਰ ਲਓ ਤੁਹਾਡੇ ਕੋਲ ਵੈਸੇ ਆਹ ਚੀਜ਼ ਨਹੀਂ ਪੁੱਛੀ ਜੇ ਪਹਿਲਾਂ ਕਰੇ ਉਹ ਤੁਹਾਡੇ ਜ਼ਿਆਦਾ ਇੰਪੋਰਟੈਂਟ ਉਹ ਤੁਹਾਡੇ ਪੇਪਰ 'ਚ ਪੁੱਛਿਆ ਜਾ ਸਕਦਾ ਜੀ ਠੀਕ ਹੈ ਜੀ ਫਿਰ ਵੀ ਜੇ ਕੁਛ ਲਿਖਣਾ ਜੀ ਤੁਸੀਂ ਇਹਨਾਂ ਦਾ ਲਿਖ ਸਕਦੇ ਜੀ ਸਿੰਪਲ ਜਿਵੇਂ ਇਹਦੇ ਵਿੱਚ ਆਪਣੇ ਮੂਲ ਸ਼ਬਦ ਵਿੱਚ ਫੁੱਲ ਆ ਜਾਂਦਾ ਆ ਫੁੱਲ ਹੋ ਗਿਆ ਜੀ ਹੈ ਨਾ ਫੁੱਲ ਚਾਹ ਵੀ ਤੁਹਾਡਾ ਆਜੂਗਾ ਫੁੱਲ ਸ਼ਬਦ ਹੋ ਗਿਆ ਇੱਥੇ ਥੋੜ੍ਹੇ ਜਿਹੇ ਡਬਲ ਅਗਾ ਸ਼ਬਦ ਬਣਦੇ ਜਿਵੇਂ ਆਪਣੇ ਪਾਠ ਪਾਠ ਇੱਕ ਅਲੱਗ ਸ਼ਾਲਾ ਹੈਗਾ ਨਾ ਪਾਠ ਸ਼ਬਦ ਪਾਠਸ਼ਾਲਾ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਰਚਿਤ ਪਾਠਸ਼ਾਲਾ ਹੋ ਗਿਆ ਫਿਰ ਹੋ ਗਿਆ ਜਿਵੇਂ ਧਰਮਸ਼ਾਲਾ ਠੀਕ ਹੈ ਜੀ ਰਚੀ ਸ਼ਬਦ ਅੱਗੇ ਤੋਂ ਅੱਗੇ ਸ਼ਬਦ ਬਣਦੇ ਪਿਆ ਜਿਵੇਂ ਨੈਕਸਟ ਹੋ ਗਿਆ ਫੁਲਕਾਰੀ ਫੁਲਕਾਰੀ ਠੀਕ ਇਹ ਵੀ ਆਪਣੇ ਰਚੀ ਸ਼ਬਦ ਵਿੱਚ
ਆਉਂਦੇ ਆ। ਕਰਿਆ ਜੀ ਨੋਟ ਇਹਨਾਂ ਨੂੰ ਵੀ। ਇੱਕ ਕਾਰ ਵੀ ਪਾ ਲਓ। ਕਰਿਆ ਜੀ ਇਹਨਾਂ ਨੂੰ ਨੋਟ। ਹੋ ਗਿਆ ਜੀ ਨੋਟ। ਚਲੀ ਨੈਕਸਟ। ਬਣਤਰ ਪੱਖ ਤੋਂ ਹੋ ਗਿਆ ਸੀ, ਅਰਥ ਪੱਖ ਤੋਂ ਹੋ ਗਿਆ। ਨੈਕਸਟ ਕਿਲੋ ਦੇਖੋ ਤੁਸੀਂ ਇਸ ਨੂੰ ਰੂਪ ਦੇ ਪੱਖ ਤੋਂ। ਠੀਕ ਹੈ ਜੀ, ਰੂਪ ਦੇ ਪੱਖ ਤੋਂ ਵੀ ਕਹਿੰਦੇ ਹੁੰਦੇ ਸ਼ਬਦ ਦੋ ਤਰ੍ਹਾਂ ਦੇ, ਇੱਕ ਹੁੰਦਾ ਵਿਕਾਰੀ, ਇੱਕ ਹੁੰਦਾ ਆ ਵਿਕਾਰੀ। ਠੀਕ ਹੈ ਜੀ, ਵਿਕਾਰੀ ਤੇ ਆ ਵਿਕਾਰੀ। ਵਿਕਾਰੀ ਵੀ ਥੋੜ੍ਹਾ ਜਿਵੇਂ ਆ ਜਾਂਦਾ ਮੁੰਡੇ, ਹੈ ਨਾ, ਜਿਵੇਂ ਆ ਗਿਆ ਜੀ ਮੁੰਡਾ, ਇਹਨੂੰ ਆਪਾਂ ਮੁੰਡੇ ਵੀ ਕਹਿ ਲਵੀਦਾ ਤੇ ਮੁੰਡਿਓ ਵੀ ਹੁੰਦਾ ਇੱਕ। ਠੀਕ ਹੈ ਜੀ, ਜਿਵੇਂ ਹੋ ਗਿਆ ਕੁੜੀ, ਕੁੜੀਓ, ਕੁੜੀ ਕੁੜੀਆਂ ਤੇ ਕੁੜੀਓ ਵੀ ਹੁੰਦਾ ਜੀ ਇੱਕ। ਇਹ ਆਪਣੇ ਕਿਹੜੇ ਹੋ ਗਏ ਜੀ, ਵਿਕਾਰੀ ਸ਼ਬਦ। ਮੁੰਡੇ ਮੁੰਡੇ ਮੁੰਡਿਓ, ਜਿਵੇਂ ਆਪਾਂ ਅਲੱਗ ਅਲੱਗ ਬੋਲਦੇ ਤਾਂ ਨਾ ਇੱਕ ਵਾਰੀ ਸਾਰਿਆਂ ਨੂੰ, ਜਿਵੇਂ ਆਪਾਂ ਮੁੰਡੇ ਨੂੰ ਤੁਸੀਂ ਮੁੰਡਾ ਵੀ ਕਹਿ ਸਕਦੇ, ਮੁੰਡੇ ਵੀ ਕਹਿ ਸਕਦੇ, ਮੁੰਡੇ ਉਹ ਵੀ ਕਹਿ ਸਕਦੇ ਆ। ਇਹ ਆਪਣੇ ਸ਼ਬਦ ਕਿਹੜੇ ਹੋ ਗਏ, ਵਿਕਾਰੀ ਜਿਵੇਂ ਕੁੜੀ ਨੇ ਆਪਾਂ ਕੁੜੀ ਵੀ ਕਹਿ ਲਿਆ ਤਾਂ ਕੁੜੀਆਂ ਵੀ ਹੁੰਦੀਆਂ ਤਾਂ ਕੁੜੀਓ ਵੀ ਕਹਿ ਦੇ, ਬਿਲਕੁਲ ਸਹੀ ਹੁੰਦੇ। ਇਹ ਆਪਣੇ ਕਿਹੜੇ ਹੋ ਗਏ ਜੀ, ਵਿਕਾਰੀ। ਠੀਕ ਹੈ ਜੀ, ਕਿਹੜੇ ਸ਼ਬਦ ਹੋ ਗਏ, ਵਿਕਾਰੀ। ਠੀਕ ਹੈ ਜੀ, ਆ ਵਿਕਾਰ ਜਿਸ ਦਾ ਕਦੇ ਵੀ ਕੋਈ ਆਕਾਰ ਨਾ ਬਦਲ ਜਾਵੇ। ਇਹਨੇ ਤੋਂ ਆਪਾਂ ਅੱਗੇ ਤੋਂ ਅੱਗੇ ਬਣਾਈ ਜਾਣਾ, ਇਹ ਸ਼ਬਦ ਉਹ ਹੁੰਦੇ ਜਿਹਦੇ ਤੋਂ ਅੱਗੇ ਆਪਣਾ ਕੋਈ ਵੀ ਆਕਾਰ ਨਾ ਬਦਲਿਆ ਜਾ ਸਕੇ ਜਾਂ ਨਾ ਬਣਾਇਆ ਜਾ ਸਕੇ ਜੀ, ਉਸਨੂੰ ਕੀ ਕਹਿੰਦਾ, ਆਵਿਕਾਰੀ ਕਿਹਾ ਜਾਂਦਾ। ਆ ਸਿੰਪਲ ਕੁਸ਼ਚਨ ਆ ਸਕਦਾ ਤੁਹਾਡੇ ਕੋਲ, ਵਿਕਾਰੀ ਦੱਸੋ ਇਹਨਾਂ ਵਿੱਚੋਂ ਤੇ ਆਵਿਕਾਰੀ ਦੱਸੋ। ਠੀਕ ਹੈ ਜੀ, ਉਹ ਵੀ ਲਿਖ ਲੈਂਦੇ ਆਪਾਂ, ਆ ਤੁਸੀਂ ਨੋਟ ਕਰ ਲਓ ਇਹਨੂੰ। ਆਵਿਕਾਰੀ ਆਪਣੇ ਕਿਹੜੇ ਆ ਜਾਂਦੇ ਸ਼ਬਦ, ਜਿਵੇਂ ਆ ਜਾਂਦੇ ਜੀ ਪਰ। ਠੀਕ ਹੈ ਜੀ, ਭਾਵੇਂ। ਚਾਹੇ ਜੋ। ਠੀਕ ਹੈ ਜੀ, ਜੇ ਆਪਣਾ ਦੁੱਧ ਤੋਂ, ਆਪਾਂ ਦੁੱਧ ਤੋਂ ਅੱਗੇ ਆਪਾਂ ਕੋਈ ਸ਼ਬਦ ਨਹੀਂ ਬਣਾ ਸਕਦੇ ਨਾ, ਇਸੇ ਤਰ੍ਹਾਂ ਆਪਣੇ ਇਹ ਕਿਹੜੇ ਹੋ ਗਏ, ਵਿਕਾਰੀ। ਨੋਟ ਕਰ ਲਓ ਇਹਨਾਂ ਨੂੰ। ਦੁੱਧ ਨੂੰ ਭਾਵੇਂ ਤੁਸੀਂ ਰਹਿੰਦੇ, ਦੁੱਧ ਤੁਹਾਡਾ
ਨਹੀਂ ਬਣੂਗੀ ਉੱਥੇ। ਆਈ ਹੋਪ ਇੱਥੋਂ ਤੱਕ ਸਾਰਿਆਂ ਨੂੰ ਨੋਟ ਕੀਤਾ ਹੋਊਗਾ ਸਾਰਾ ਕੁਛ। ਠੀਕ ਹੈ ਜੀ, ਕੱਲ੍ਹ ਆਪਾਂ ਨੈਕਸਟ ਸਟਾਰਟ ਕਰਾਂਗੇ, ਮਿਲਦੇ ਹਾਂ ਕੱਲ੍ਹ ਦੀ ਕਲਾਸ ਵਿੱਚ। ਧੰਨਵਾਦ ਜੀ, ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ। ਧੰਨਵਾਦ ਜੀ।